ਹਾਂ ਜੀ, ਸਲਾਮ ਵਾਲੇਕੁਮ ਛੋਟੀ ਵੱਡੀ ਮਾਈਆਂ ਨੂੰ। ਮੈਂ ਗੱਲ ਕਰਦੀ ਮਨੀਸ਼ਾ ਸ਼ਰਮਾ, ਲੁਧਿਆਣੇ ਵਾਲੀ, ਮੰਮੀ ਭੋਲੀ ਨਾਇਕ ਦੀ ਚੇਲਾ। ਠੀਕ ਹੈ। ਔਰ ਨਜ਼ਾਰਾ ਮੇਰੀ ਗੁਰ ਭਾਈ ਸੋਹਣੀ ਨਗੀਨਾ ਗੁਰੂ ਦੀ ਚੇਲਾ, ਚੇਲਾ ਕਰਨ ਲੱਗੀ ਮੂਰਤ ਅਮਨ ਅਮਨਿਆ। ਠੀਕ ਹੈ। ਅਤੇ ਆਪਣਾ ਨਾਕਾਂ ਨੂੰ ਵੀ ਸਾਰਾ ਕੁਛ ਪਾਉਣ ਲੱਗੇ, ਸਾਰਾ ਕੁਛ ਕਰਨ ਲੱਗੇ, ਉਹਦੇ ਉਦਗਾਰ ਬੜੇ ਪਰਿਵਾਰ। ਠੀਕ ਹੈ ਮਾਈ, ਸਾਰਿਆਂ ਨੂੰ ਸਨ ਨਜ਼ਾਰਾ ਹਾਜੀ ਦੀ ਚੇਲਾ, ਨਗੀਨਾ ਮਾਈ ਦੀ ਪੋਤੀ ਚੇਲਾ, ਮਾਈਆਂ ਨੂੰ ਮਾਈ ਪੁਸ਼ਪਾ ਦਾ ਪੜੋਤਾ ਚੇਲਾ ਮੀਆਂ। ਠੀਕ ਹੈ। ਸਨਦ ਰਵੇ ਤੈਨੂੰ ਮਨਜ਼ੂਰ ਹੈ? ਤੈਨੂੰ ਮਨਜ਼ੂਰ ਹੈ ਬੇਟੀ? ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ, ਆਪਣੀ ਖੁਸ਼ੀ ਨਾਲ ਨਾ। ਬਾਕੀ ਸੁਣ ਲਈ ਗੱਲ, ਇੱਧਰ ਕਦੀ ਕੋਈ ਕਲਾਮ ਨਹੀਂ, ਮੀਆਂ ਹੱਥ ਜੋੜ ਕੇ ਦੇਵਾਂਗੇ, ਕੋਈ ਤਾੜੀ ਮਾਰਨ ਦੀ ਲੋੜ ਨਹੀਂ, ਕੋਈ ਫੱਕੜ ਲੈਣ ਦੀ ਲੋੜ ਨਹੀਂ। ਜਿਹਦੀ ਕਲਾਮ ਹੈ ਹੱਥ ਬੰਨ ਕੇ ਦੇਵਾਂਗੇ, ਜਿੱਥੇ ਦੀ ਵੀ ਚੇਲਾ ਸੀ ਨਾਤੀ ਸੀ, ਅਸੀਂ ਹੱਥ ਜੋੜ ਕੇ ਦੇਵਾਂਗੇ। ਹਾਂ ਅਸੀਂ ਦੇਵਾਂਗੇ, ਬੈਠੀਆਂ ਸੀ ਲੁਧਿਆਣੇ ਵਾਲੀਆਂ, ਸਲੇਮ ਡਾਬਲ ਵੀ ਨਜ਼ਾਰਾ ਹਾਜੀ ਬੈਠੇ ਤਾਂ ਮਾਲਕ, ਅਸੀਂ ਨਾਲ ਉਹਦੇ ਬੈਠੇ, ਸੰਨਤ ਦਾ ਮੈਨੂੰ ਮੂਰਤ ਹੈ। ਹਾਂ ਸਾਨੂੰ ਸੰਨਤ ਹੈ ਲਿਆ। ਮੀਆਂ ਮੈਂ ਆਪਣੇ ਕੋਲ ਸ਼ਗਨ ਪਾ ਰਹੀ ਹਾਂ ਕੁੜੀ ਨੂੰ, ਹੈ ਮੇਰੇ ਭਤੀਜੀ ਚੇਲਾ ਆ, 500 ਰੁਪਏ ਮੈਂ ਵੀ ਸ਼ਗਨ ਦੇ ਰਹੀ ਨਜ਼ਾਰਾ ਹਾਜੀ ਦੇ ਚੇਲੇ ਨੂੰ। ਸਲਾਮ ਅਲੈਕੁਮ, ਆਨੰਦ ਰਵੇ ਰਵੇ। ਸੇਵਾ ਕਰੀ, ਸਭ ਕੁਛ ਹੀ ਦੇ ਰਿਹਾ। ਠੀਕ ਹੈ।